ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਨਾਰਪੁਰ ਤਹਿਸੀਲ ਕਰਤਾਰਪੁਰ ਅਤੇ ਜ਼ਿਲ੍ਹਾ ਜਲੰਧਰ ਹਰਜਿੰਦਰ ਵੀਰ ਕੋਲ ਆਪਾਂ ਪਹੁੰਚ ਚੁੱਕੇ ਹਾਂ ਅਤੇ ਅੱਜ ਦੀ ਵੀਡੀਓ 'ਤੇ ਤੁਹਾਨੂੰ ਟੋਟਲ ਚਾਰ ਮੱਝਾਂ ਤੁਹਾਨੂੰ ਦਿਖਾਉਣੀਆਂ ਚਾਰੇ ਜਿਹੜੀਆਂ ਤੁਹਾਨੂੰ ਸੱਜਣਾ ਮੱਝਾਂ ਦਿਖਾਵਾਂਗੇ ਜਿਨ੍ਹਾਂ ਦੇ ਵਿੱਚੋਂ ਤਿੰਨ ਜਿਹੜੀਆਂ ਸੂਈਆਂ ਅਤੇ ਇੱਕ ਜਿਹੜੀ ਅਜੇ ਗੱਬਣ ਆ ਗੱਲਬਾਤ ਆਪਾਂ ਮੇਰੇ ਨਾਲ ਕਰਦੇ ਹਾਂ ਅਤੇ ਪੁੱਛ ਰਹੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਠੀਕ ਠਾਕ ਜੀ ਚਲੋ ਵਧੀਆ ਠੀਕ ਠਾਕ ਹੀ ਚਾਹੀਦਾ ਜੀ ਵਿਕ ਗਿਆ ਫਿਰ ਉਦਣ ਵਾਲਾ ਮਾਲ ਆਪਣਾ ਠੀਕ ਹੈ ਜੀ ਤੇ ਚਲੋ ਨਾਮ ਦੱਸ ਦੇ ਕਰੀ ਆਪਾਂ ਨਾਮ ਭਾਜੀ ਮੇਰਾ ਹਰਜਿੰਦਰ ਸਿੰਘ ਪਿੰਡ ਨਾਰਪੁਰ ਤਹਿਸੀਲ ਕਰਤਾਰਪੁਰ ਜ਼ਿਲ੍ਹਾ ਜਲੰਧਰ ਤੇ ਫੋਨ ਨੰਬਰ ਬੋਲ ਦੇ ਕਰੀ ਨੰਬਰ ਭਾਜੀ 9986658984 ਠੀਕ ਹੈ ਹਾਂਜੀ ਭਾਜੀ ਅੱਜ ਲੱਗੇ ਮੇਲਾ ਜਾਪਦਾ ਕੋਈ ਨਾ ਆਪਣੇ ਹਾਂਜੀ ਮੇਲਾ ਭਾਜੀ ਕਾਫੀ ਟੋਲ ਟੋਲ ਵੱਜਣ ਦੇ ਤਾਂ ਹੀ ਹਲੇ ਤੇ ਸਵੇਰ ਦੇ ਟਾਈਮ ਹੀ ਆਪਾਂ ਆ ਗਏ ਆਪਣਾ ਇੱਕ ਐਡਰੈਸ ਸਮਝਾਉਣਾ ਸੀ ਵੀਰ ਭਰਾ ਪੋਦੇ ਜਿੱਦਾਂ ਆਪਾਂ ਕਰਪੂਰਥਲਾ ਹੈਗਾ ਇੱਥੋਂ 7-8 ਕਿਲੋਮੀਟਰ ਬਿਆਸ ਹੈਗਾ 20-22 ਕਿਲੋਮੀਟਰ ਅੱਛਾ ਜੀ ਮੇਨ ਜਿਹੜਾ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਜਲੰਧਰ ਰੋਡ ਜਾਂਦਾ ਉਹ ਤੋਂ 1.5 ਕਿਲੋਮੀਟਰ ਹਟਵਾਂ ਆਪਣਾ ਪਿੰਡ ਰੋਡ ਤੋਂ ਉੱਪਰ ਹੀ ਹੈ ਹਨਾ ਥੋੜਾ ਜਿਹਾ ਫਰਕ ਹੈ ਹਨਾ ਬਸ ਜਿਹੜਾ ਆਪਣਾ ਸਬਾਨ ਇੱਕ ਜਿਹੜੀ ਆ ਫੈਕਟਰੀ ਹੈਗੀ ਕਾਫੀ ਵੱਡੀ ਹੈ ਨਾ ਉਹਦੇ ਲੱਗੇ ਹੀ ਆ ਸ਼੍ਰੀ ਭਾਈ ਉਹ 4 ਕਿਲੋਮੀਟਰ ਹੈਗੀ ਆ 3-4 ਕਿਲੋਮੀਟਰ ਠੀਕ ਹੈ ਜੀ ਅਮੀਰਾ ਜਿਹੜੀ ਚਲੋ ਫਿਰ ਕਰੀਏ ਸ਼ੁਰੂ ਹਨਾ ਸ਼ੁਰੂਆਤ ਜਿਹੜੀ ਆਪਾਂ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਨੀਲੀ ਦੀ ਮੱਝ ਆ ਇਹਦੇ ਤੇ ਹੀ ਆਪਾਂ ਕਰਨੀ ਆ ਇੱਕ ਪਾਸੇ ਦਾ ਸਿੰਘ ਦਾ ਖੋਖ ਜਿਹੜਾ ਇਹਦਾ ਥੋੜਾ ਜਿਹਾ ਲੱਥਾ ਹੈ ਤੇ ਇੱਕ ਪਾਸੇ ਦਾ ਸਿੰਘ ਆਪਾਂ ਦੇਖ ਸਕਦੇ ਸੋਹਣਾ ਕਿੰਨਵਾ ਸੂਆ ਸੂਈ ਜੀ ਵੀਰ ਜੀ ਦੂਜੇ ਸੂਏ ਝੋਟੀ ਸੂਈ ਆ ਅੱਛਾ ਦੂਸਰਾ ਸੂਆ ਸੂਈ ਹੈ ਤੇ ਕਿੰਨਾ ਕੁ ਚਿਹਰਾ ਹੋਇਆ ਹੋਊਗਾ ਸੂਈ ਨੂੰ ਭਾਈ ਜੀ ਪ੍ਰੋਪਰ 5 ਤੋਂ 6 ਦਿਨ ਹੋ ਗਏ ਅੱਛਾ ਤੇ ਪਿੱਛੇ ਜਿਹੜਾ 30 ਮਿਲਕਾਫ ਸੌਰੀ ਅੱਛਾ ਕੱਟੀ ਆ ਗਈ ਮਗਰ ਹਨਾ ਠੀਕ ਆ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਕਰਕੇ ਦੁੱਧ ਭਾਜੀ ਜਿਹੜਾ ਆਪਾਂ ਮਿਲ ਲੈਣਾ ਬਿਲਕੁਲ 10 ਲੀਟਰ ਆ ਭਾਜੀ ਕੰਡੇ ਦੇ ਰੱਖ ਕੇ ਕੋਈ ਲੈ ਜਾ ਜਿੱਦਾਂ ਮਰਜ਼ੀ ਤੋੜ ਕੇ ਅੱਛਾ ਹਾਂਜੀ ਹਾਂਜੀ 10 ਲੀਟਰ ਜਿਹੜਾ ਬਿਲਕੁਲ ਤਿਆਰ ਆ ਹਾਂਜੀ ਭਾਵੇਂ ਕੋ 2 ਟਾਈਮ ਚੋਲੇ 3 ਟਾਈਮ ਚੋਲੇ ਭਾਵੇਂ ਭਾਈ ਕੋਈ ਸਾਈ ਪਾ ਕੇ 15 ਟਾਈਮ ਚੋਈ ਜਾਵੇ ਆਪਾਂ ਅੱਛਾ ਬਾਕੀ ਚਲੋ ਇਹ ਨਾ ਤੁਹਾਡੇ ਘਰੇ ਵੱਜੀਆਂ ਵਾ ਜਿਸ ਤਰ੍ਹਾਂ ਮਰਜ਼ੀ ਕੋ ਤਸੱਲੀ ਕਰਕੇ ਲੈ ਕੇ ਜਾਓ ਮੈਂ ਬਾਰ-ਬਾਰ ਵੀਰਾਂ ਨੂੰ ਕਹਿਣਾ ਹਾਂਜੀ ਹਾਂਜੀ ਬਾਅਦ ਚ ਭਾਜੀ ਘਰੇ ਜਾ ਕੇ ਲਾਮਾ ਦੇਣ ਦਾ ਕੋਈ ਫਾਇਦਾ ਨਹੀਂ ਇੱਥੇ 2 ਟਾਈਮ ਕਰੇ ਤਸੱਲੀ 3 ਟਾਈਮ ਕਰੇ ਆ ਤੁਹਾਡੇ ਘਰੇ ਵੱਜੀਆਂ ਵਾ ਅਸੀਂ ਤੇ ਇਹ ਕਹਿੰਦੇ ਕਿ ਜੇ ਮੰਨ ਲਓ ਜਾਂ ਤੁਸੀਂ ਵਾ ਜਾਂ ਕੋਈ ਵੀ ਹੋ ਰਿਹਾ ਜੇ ਕੋਈ ਤਸੱਲੀ ਤੁਹਾਡੀ ਨਹੀਂ ਕਰਾਉਂਦਾ ਜਾਂ ਨਹੀਂ ਚਵਾਉਂਦਾ ਤਾਂ ਪਸ਼ੂ ਖਰੀਦੋ ਹੀ ਨਾ ਖਰੀਦੋ ਨਾ ਪਹਿਲਾ ਨੰਬਰ ਭਾਜੀ ਦੂਜਾ ਨੰਬਰ ਸਭ ਤੋਂ ਵਧੀਆ ਹੋਣਾ ਹੈਗਾ ਆਪਣੇ ਕੋਲ ਫੋਨ ਹੈਗਾ ਵੀਡੀਓ ਕਾਲ ਤੇ ਚੋਲੋ ਹਾਂਜੀ ਹਾਂਜੀ ਨਹੀਂ ਆ ਸਕਦੇ ਨਾ ਵੀਡੀਓ ਇੱਕ ਟਾਈਮ ਤੇ ਵੀਡੀਓ ਕਾਲ ਤੇ ਚੋਲੋ ਦੂਜੇ ਟਾਈਮ ਆ ਕੇ ਚੋਲੋ ਭਾਜੀ ਹਾਂਜੀ 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 ਤੇ ਇਹ ਕਿੰਨਾ ਕੁ ਦੁੱਧ ਚਵਾ ਜੂਗੀ ਉਸ ਤਰ੍ਹਾਂ ਇਹ ਭਾਜੀ ਦੁੱਧ ਆਰਾਮ ਨਾਲ 2 ਕਿਲੋ ਵਾਜੂ ਮੇਲਾ ਮੂਲਾ ਮਾਰ ਕੇ 12 13 ਲੀਟਰ ਦੇ ਕਰੀਬ ਅੱਛਾ 12 ਕਿ ਲੀਟਰ ਦੇ ਕਰੀਬ ਚਵਾਈ ਜਾਊਗੀ ਬਹੁਤ ਵਧੀਆ ਭਾਜੀ ਹਾਂਜੀ ਠੀਕ ਹੈ ਜੀ ਤੇ ਖੋਲੀਆਂ ਫੇ ਤੋਰੀਏ ਹਾਂਜੀ ਠੀਕ ਹੈ ਕੀ ਕੁਝ ਕਹਿੰਦੇ ਵੀਰ ਜੀ ਮੈਂ ਕਿਹਾ ਭਾਜੀ ਤੋਰਨ ਤੋਂ ਪਹਿਲਾਂ ਇਹਦੇ ਕਰੀਬ ਵਿੱਚ ਵਾਪਸ ਮਾ ਦਵਾ ਜੀ ਚਲੋ ਠੀਕ ਹੈ ਫੇਰ ਹੀ ਤੋਰ ਕੇ ਦਿਖਾਉਣੀ ਆ ਆ ਜੇ ਦਾ ਕੱਟਾ ਕੱਟੀ ਭਾਜੀ ਕੱਟੀ ਅੱਛਾ ਕੱਟੀ ਜੇ ਦੀ ਬਿਲਕੁਲ ਤਾਜ਼ਾ ਬੱਚਾ ਭਾਜੀ ਦੇ ਸਾਹਿਬ ਹਾਂ ਦੇ ਸਾਦੇ ਜੀ ਆ ਜਿਹੜੀ ਇਹਦੀ ਕੱਟੀ ਆ ਕੱਟੀ ਵੀ ਜਿਹੜੀ ਅਜੇ ਤਾਜ਼ੀ ਆ ਅਜੇ ਪੂਰੇ ਦੁੱਧ ਚੁੰਗਣ ਦੇ ਨਹੀਂ ਕੱਟੀ ਆ ਥਣ ਜਿਹੜੇ ਇਹਦੇ ਕਰੀ ਲੱਗੇ ਤਾਂ ਦੇਖ ਸਕਦੇ ਜੀ ਥਣ ਭਾਜੀ ਬਹੁਤ ਵਧੀਆ ਮੁੱਠੀ ਚਵਾਈ ਕਰਨਾ ਦਿਖਾ ਦੇ ਵਿੱਚ ਚਵਾ ਪਿਛਲੇ ਥਣਾਂ ਦਾ ਚਵਾ ਦਿਖਾ ਦੇ ਵਿੱਚ ਪਿਛਲੇ ਥਣਾਂ ਦਾ ਜਿਹੜਾ ਇਹਦਾ ਚਵਾ ਠੀਕ ਹੈ ਵੀਰ ਜੀ ਖੋਲ੍ਹੋ ਹਾਂ ਫਿਰ ਤੋਰੀ ਆ ਕਰੀ ਨੂੰ ਆ ਦੇ ਸਾਦੇ ਜੀ ਬਾਕੀ ਉਂਝ ਜਿਹੜਾ ਕੱਦ ਕਾਠ ਇਹਦਾ ਠੀਕ ਆ ਥੋੜ੍ਹਾ ਡਰਦੀ ਆ ਥੋੜ੍ਹਾ ਨਾ ਡਰਦੀ ਆ ਜਦੋਂ ਬਾਹਰ ਕੱਢੀ ਦੀ ਆ ਬਾਹਰ ਜਿਹੜੀ ਘੱਟ ਹੀ ਕੱਢੀ ਗਏ ਨੇ ਕਈ ਵਾਰ ਪਸ਼ੂ ਜਿਹੜਾ ਵਾ ਬਾਹਰਲੇ ਬੰਦੇ ਤਾਂ ਵੀ ਜਿਹੜਾ ਡਰ ਜਾਂਦਾ ਵਾ ਇਸ ਤਰ੍ਹਾਂ ਤੁਹਾਨੂੰ ਜਿਹੜੀ ਚੰਗੀ ਤਰ੍ਹਾਂ ਦਿਖਾ ਦਿੰਦੇ ਆ ਦੇ ਸਾਦੇ ਹਵਾਨਾ ਜਿਹੜਾ ਇਹਦਾ ਇੱਕ ਵਾਰੀ ਵੀਰ ਜੀ ਇੱਧਰ ਨੂੰ ਕਰਿਓ ਝੋਟੀ ਚੰਗੀ ਤਰ੍ਹਾਂ ਦਿਖਾਈਏ ਆ ਦੇ ਸਾਦੇ ਹਵਾਨਾ ਜਿਹੜਾ ਇਹਦਾ ਇੱਕ ਵਾਰੀ ਲਾਗੇ ਤੋਂ ਕਾਫੀ ਡਰਦੀ ਆ ਸਾਡੇ ਕੋਲੋਂ ਵੀ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਚੰਗੀ ਤਰ੍ਹਾਂ ਵੇਖ ਕੇ ਪਸੰਦ ਕਰਕੇ ਲੈ ਜੇ ਮੁੱਲ ਜਿਹੜਾ ਇਹਦਾ ਆਪਾਂ ਪੁੱਛ ਲੈਂਦੇ ਹਾਂ
ਕੀ ਮੁੱਲ ਜੇ ਝੂਟੀ ਰਹੀ ਆ ਘਰ ਦਾ ਅਸਲ ਹਾਂਜੀ ਹਾਂਜੀ ਕੋਈ ਬਜ਼ੁਰਗ ਮਾਤਾ ਸਾਂਭਦੀ ਰਹੀ ਤੇ ਉਹ ਬਿਜਲੀ ਦੇ ਵਿੱਚ ਕੱਲੀ ਝੂਟੀ ਹੋ ਗਈ ਇਹਨੂੰ ਪੱਠੇ ਪੁੱਠੇ ਪਾਉਂਦੀ ਸੀ ਠੀਕ ਠੀਕ ਹੈ ਤਾਂ ਕਰਕੇ ਨਾ ਉੱਪਰੇ ਜੀ ਤੋਂ ਥੋੜਾ ਕਰਤੀ ਬਾਕੀ ਚੋਣ ਚ ਵਾ ਭਾਈ ਘਰ ਤੱਕ ਵੀ ਗਾਰੰਟੀ ਹੋ ਗਈ ਅਗਰ ਝੂਟੀ ਲੱਤ ਪੱਟ ਜੂਗੀ ਨਾ ਆਪ ਕਿਰਾਏ ਸਮੇਤ ਵਾਪਸ ਲਿਆਵਾਂਗੇ ਤੇ ਥਣ ਥੁਣ ਓਕੇ ਸਾਰੇ ਬਰੋਬਰ ਹਾਂ ਚੋਣ ਚ ਸਮਾ ਇੱਕ ਨੰਬਰ ਵਧੀਆ ਹੋਊਗਾ ਭਾਈ ਤੇ ਮੁੱਲ ਦੀ ਤੇ ਮੋਟੀ ਤਾਰ ਮੁੱਲ ਭਾਜੀ ਜਾਇਜ਼ ਜੀ ਦੇ ਲੋ ਕਿੰਨਾ ਕੋਈ 80 ਨਹੀਂ ਕੀ 85 ਨਹੀਂ 75000 ਜੀ ਦੇ ਦਾਂਗੇ 75000 ਦੀ ਦੇ ਦੋਗੇ ਮਾਨਤਨ ਕਿੰਨਾ ਹੋ ਜਾਵੇ ਮਾਨਤਨ 2000 ਰੁਪਿਆ ਭਾਈ ਕਰ ਅੱਛਾ 2000 ਕਰ ਦੇ 73000 ਦੀ ਦੇ ਦਾਂਗੇ ਠੀਕ ਹੈ ਜੀ ਬਾਕੀ ਉੱਚ ਮੌਕੇ ਤੇ ਹੋ ਜਾਊਗਾ ਹਾਂਜੀ ਭਾਈ ਛੋੜ ਛੱਪਾ ਕਰ ਦਾਂਗੇ ਕੋਈ ਫੋਨ ਲਾਵੇ ਇੱਕ ਦੀ ਹਨਾ ਫੋਨ ਲਾਵੇ ਕੋਈ ਵੀਰ ਪਸ਼ੂ ਵੇਖ ਕੇ ਮੁੱਲ ਲਾਵੇ ਆਪਾਂ ਖਾਦੀ ਨਹੀਂ ਮੋੜ ਠੀਕ ਹੈ ਜੀ ਹਾਂਜੀ ਤੇ ਹੁਣ ਜਿਹੜੀ ਆਪਾਂ ਦੂਸਰੇ ਨੰਬਰ ਤੇ ਇੱਕ ਹੋਰ ਤੁਹਾਨੂੰ ਝੋਟੀ ਦਿਖਾਉਣੀ ਆ ਬੋਡੀ ਵੇਟ ਜਿਹੜਾ ਇਹਦਾ ਚੰਗਾ ਤੇ ਥੱਲਿਆਂ ਵੀ ਜਿਹੜੀ ਸੋਹਣੀ ਆ ਨਾੜਾ ਦੇਖ ਸਕਦੇ ਜੀ ਹਵਾਨੇ ਦੀ ਦਿਖਾਓ ਤੇ ਹਵਾਨੇ ਤੇ ਵੀ ਨਾੜਾ ਨੋੜਾਂ ਜਿਹੜੀਆਂ ਚੰਗੀਆਂ ਵਾ ਕਿਨਵਾ ਸੁਬਾ ਸੋਈ ਜੇ ਵੀਰ ਜੀ ਭਾਜੀ ਇਹ ਦੂਜੇ ਸੁਬੇ ਝੋਟੀ ਪ੍ਰੋਪਰ ਸੋਈ ਆ ਸਾਰਾ ਬੋਡੀ ਸਟ੍ਰੈਚਰ ਤੋਂ ਪਤਾ ਲੱਗਦਾ ਥੋੜਾ ਸਿੰਗ ਖੁੱਲਾ ਹੋ ਗਿਆ ਹਾਂਜੀ 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 ਤੇ ਕਿੰਨਾ ਚਿਰ ਹੋਇਆ ਜੀ ਸੋਈ ਨੂੰ ਇਹਨੂੰ ਭਾਜੀ ਅੱਜ 5 ਤੋਂ 6 ਦਿਨ ਹੋ ਗਏ ਪਿੱਛੇ ਇਹਦੇ ਵੀ ਫੀਮੇਲ ਕਾਫ ਕੱਟੀ ਆ ਭਾਜੀ ਠੀਕ ਹੈ ਜੀ ਅੱਛਾ ਆ ਕੱਟੀ ਆ ਇਹਦਾ ਵੀ ਚਵਾ ਦਿਖਾ ਦਈਏ ਹਾਂਜੀ ਹਾਂਜੀ ਚਲੋ ਦਿਖਾਈ ਦੋ ਫਿਰ ਇਹਦਾ ਵੀ ਚਵਾ ਇੱਕ ਵਾਰੀ ਪਤਾ ਲੱਗ ਜਾਂਦਾ ਵਾ ਜਿਹੜਾ ਫੜ ਪਾਸ ਚੰਗਾ ਬੋਡੀ ਵੇਟ ਹੈ ਜਿਹੜਾ ਇਹਦਾ ਇਹਦੇ ਕੋਲ ਵੀਰ ਜੀ ਕਿੰਨਾ ਜੇ ਦੁੱਧ ਮੁੱਕੇ ਤੇ ਇਹਦੇ ਕੋਲ ਭਾਜੀ 10 ਕਿਲੋ ਦੁੱਧ ਦਾ ਜਿਹੜਾ ਬਿਲਕੁਲ ਸਹੀ ਮਿਲ ਲੈਣਾ ਆਪਾਂ ਤਿਆਰ ਆ ਜਿਹੜਾ ਹਨਾ ਤਿਆਰ ਨੈਟ ਭਾਜੀ ਛੋਟੀ ਦੁੱਧ 13 ਲੀਟਰ ਪਾ ਦੂਗੀ ਆਰਾਮ ਨਾਲ ਬਿਲਕੁਲ ਅੱਛਾ ਬਹੁਤ ਮਾੜੇ ਕਰਵਾਈ ਆ ਭਾਜੀ ਸਾਹਮਣੇ ਸਾਹਮਣੇ ਹੈ ਨਹੀਂ ਕੱਲੇ ਪੱਠਿਆਂ ਦੇ ਇੰਨਾਗਾ ਅੱਛਾ ਬੰਡਾ ਮੁੰਡਾ ਪਾਇਆ ਛੋਟੀ ਦੁੱਧ ਤੋਂ ਤੁਰਦਾ ਨਹੀਂ ਹੋਰ ਥੱਲੇ ਮੈਲਾ ਮੂਲਾ ਵੀ ਮਾਰਦੀ ਠੀਕ ਹੈ ਜੀ ਹਾਂਜੀ 13 ਲੀਟਰ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਬਾਕੀ ਬਾਕੀ ਕੱਦ ਕੱਟ ਜਿਹੜਾ ਚੰਗਾ ਵਾ ਤੇ ਬੱਚਾ ਜਿਹੜਾ ਜੇ ਤਾਜ਼ਾ ਹੀ ਆ ਤਾਜ਼ਾ ਬਿਲਕੁਲ ਤੇ ਮਗਰ ਵੀ ਇਹਦੇ ਕੱਟੀ ਆ ਅੱਜ ਕੱਟੀਆਂ ਆ ਵੀਰ ਜੀ ਫਿਰ ਹਾਂਜੀ ਭਾਈ ਇੱਕ ਕੱਟੇ ਵਾਲੀ ਆ ਦੋ ਕੱਟੀਆਂ ਵਾਲੀ ਅੱਛਾ ਇੱਕ ਕੱਟੇ ਵਾਲੀ ਤੇ ਦੋ ਕੱਟੀਆਂ ਵਾਲੀਆਂ ਹਾਂਜੀ ਠੀਕ ਆ ਜੀ ਥਾਣ ਜਿਹੜੇ ਇਹਦੇ ਵੀ ਇੱਕ ਰੀ ਲਾ ਕੇ ਤਾਂ ਦੇਖ ਸਕਦੇ ਜੀ ਦੇਖੋ ਭਾਈ ਨਾੜਾ ਦਿਖੋ ਇਧਰ ਦੋ ਦਾਲੀਆਂ ਕਿੱਥੇ ਹਾਂ ਦੇਖ ਸਕਦੇ ਕਾਫੀ ਹਵਾਨੇ ਦੇ ਨਾੜਾ ਨਾੜਾ ਚੰਗੀਆਂ ਵਾ ਹਾਂਜੀ ਦੇਖੋ ਭਾਈ ਮੋਟਾ ਤੇ ਪੂਰਾ ਚਵਾ ਦੇ ਲੋ ਚਵਾ ਚੂ ਜਿਹੜਾ ਇਹਦਾ ਵੀ ਜਿਹੜਾ ਚੰਗਾ ਵਾ ਕਾਫੀ ਜਿਹੜਾ ਵਾ ਹਵਾਨੇ ਦਾ ਆਪਾਂ ਡਿਜ਼ਾਈਨ ਦੇਖ ਸਕਦੇ ਸੋਹਣਾ ਲੱਗਦਾ ਵਾ ਬੜਾ ਅਲੱਗ ਜਿਹਾ ਵਾ ਚਵਾ ਵੀ ਜਿਹੜਾ ਸੋਹਣਾ ਵਾ ਥਣ ਵੀ ਜਿਹੜਾ ਸੋਹਣਾ ਲੱਗਾ ਵਾ ਵਧੀਆ ਜਿਹੜਾ ਹੱਥਰੀ ਚਵਾਈ ਵਾਲਾ ਸੋਹਣਾ ਥਣ ਲੱਗਾ ਵਾ ਹਾਂਜੀ ਤੇ ਉਂਝ ਵੀ ਜਿਹੜਾ ਵਾ ਟਾਂਚਾ ਟੁੰਚਾ ਵੀ ਇਹਦਾ ਚੰਗਾ ਵਾ ਹਾਂਜੀ ਬੋਡੀ ਵੇਟ ਭਾਈ ਦਿਖਾਓ ਵੱਡੀ ਝੋਟੀ ਆ ਵੇਲ ਬੂਲ ਬਹੁਤ ਆ ਭਾਈ ਖੁੱਲਾ ਹਾਂ ਵੀਰ ਜੀ ਤੋਰੀ ਆ ਫਿਰ ਇੱਕ ਰੀ ਨੂੰ ਸਿੰਗਲ ਥੋੜਾ ਜਿਹਾ ਖੁੱਲੀ ਆ ਬਸ ਬਾਕੀ ਉਂਝ ਜਿਹੜਾ ਬੋਡੀ ਸਟਰਕਚਰ ਟਾਂਚਾ ਜਿਹੜਾ ਇਹਦਾ ਚੰਗਾ ਵਾ ਥੱਲਿਆਂ ਵੀ ਜਿਹੜੀ ਸੋਹਣੀ ਲੱਗਦੀ ਹੈ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਪਸੰਦ ਕਰਕੇ ਵੇਖ ਚਾਖ ਕੇ ਖੜੇ ਆ ਦੇਖ ਸਕਦੇ ਹਵਾਨਾ ਇੱਕ ਵਾਰੀ ਚੰਗੀ ਤਰ੍ਹਾਂ ਇਹਦਾ ਹਵਾਨਾ ਦੇਖ ਸਕਦੇ ਜੀ ਬਾਕੀ ਖਲੋਤੀ ਥੋੜ੍ਹੀ ਜਿਹੀ ਅੱਗੇ ਪਿੱਛੇ ਆ ਅਤੇ ਇਹਦਾ ਕੀ ਮੁੱਲ ਜੇ ਵੀਰ ਜੀ ਫਿਰ ਦੱਸੀਏ ਫਿਰ ਮੁੱਲ ਇਹਦਾ ਆਪਾਂ ਕਰਦੇ ਤਾਂ ਜਾਜਿਆ ਫਿਰ ਜਾਵੇ ਪਹਿਲਾਂ ਫੋਨਾਂ 'ਚ ਆ ਦੇਖੋ ਸਪਾਈਆਂ ਦਿਖਾਓ ਭਾਜੀ ਕਿੱਦਾਂ ਹਵਾਨੇ ਹਾਂਜੀ ਹਾਂਜੀ ਇਹ ਭਾਜੀ ਦੁੱਧ ਜਿਹੜਾ ਆਪਾਂ ਦੱਸਿਆ ਮਿਲਣ ਵਾਲਾ ਦੱਸਿਆ ਜਿਹੜਾ ਡੰਡਾ ਕਰਕੇ ਮਿਲ ਲੈਣਾ ਠੀਕ ਹੈ ਝੱਗ ਝੁੱਗ ਵਾਲਾ ਤਾਂ ਭਾਵੇਂ 14-15 ਕਿਲੋ ਬਣਾ ਲਈ ਠੀਕ ਹੈ ਹਾਂਜੀ ਭਾਜੀ ਤੇ ਇਹਦਾ ਮੁੱਲ ਭਾਜੀ 78000 ਰੁਪਇਆ ਅੱਛਾ 2000 ਰੁਪਇਆ ਵਿੱਚ ਮਾਨਤਨ 76 ਦੀ ਦੇ ਦਾਂਗੇ 76 ਦੀ ਦੇ ਦੋਗੇ ਉੱਚ ਵੀ ਆਏਗਾ ਵੀਰ ਭਰਾ ਦਾ ਮਾਨਤਨ ਕਰਾਂਗੇ ਜਰੂਰ ਤੇ ਬਾਕੀ ਕੋ ਜੋੜਾ ਲੈ ਜੂ ਮਾਨਤਨ ਵੱਧ ਕਰ ਦੋਗੇ ਵੱਧ ਕਰ ਦਾਂਗੇ ਕਰ ਦਾਂਗੇ ਠੀਕ ਹੈ ਬਾਕੀ ਸੂਈਆਂ ਸਵਾਈਆਂ ਵਾਣਾ ਆਪਣੇ ਤਸੱਲੀ ਭਈਆ ਦੀ ਚੋਗੇ ਤਸੱਲੀ ਕਰਕੇ ਲੈ ਕੇ ਜਾਣਾ ਭਾਜੀ ਬਾਅਦ ਕਿਸੇ ਨੂੰ ਲਾਮਾ ਦੇਣ ਦਾ ਕੀ ਫਾਇਦਾ ਭਾਈ ਜਦ ਪੈਸੇ ਲਾਉਣਿਆਂ ਦਾ ਟਾਈਮ ਵੀ ਕੱਢ ਲਓ ਥੋੜਾ ਹਾਂਜੀ ਹਾਂਜੀ ਤੇ ਹੁਣ ਜਿਹੜੀ ਆਪਾਂ ਦਿਖਾਉਣੀ ਆ ਤੀਸਰੇ ਨੰਬਰ ਤੇ ਦਿਖਾਉਣੀ ਆ ਤੇ ਇਹਦਾ ਵੀ ਹਵਾਨਾ ਇਹਦਾ ਇੱਕ ਵਾਰੀ ਦੇਖ ਸਕਦੇ ਲਾਗੇ ਤੋਂ ਕੱਦ ਕੱਠ ਇਹਦਾ ਵੀ ਠੀਕ ਆ ਇਹਦੇ ਬਾਰੇ ਵੀ ਆਪਾਂ ਵੀਰ ਤੋਂ ਪੁੱਛਦੇ ਆ ਇਹ ਕਿੰਨਵਾਂ ਸੁਬਾ ਸੋਈ ਵੀਰ ਜੀ ਇਹ ਵੀ ਭਾਈ ਦੂਜੇ ਸੁਬੇ ਝੋਟੀ ਸੋਈ ਆ ਦੂਸਰਾ ਸੁਬਾ ਹੀ ਸੋਈ ਆ ਹਾਂਜੀ ਠੀਕ ਆ ਇਹਨੂੰ ਕਿੰਨਾ ਚਿਰ ਹੋਇਆ ਵੀਰ ਜੀ ਸੋਈ ਨੂੰ ਇਹਨੂੰ ਵੀ ਭਾਜੀ ਬਿਲਕੁਲ ਤਾਜ਼ਾ ਬੱਚੇ ਇੰਨੇ ਹੀ ਹੋਗੇ 5-6 ਦਿਨ ਹੋ ਗਏ ਉਸ ਤੋਂ ਉੱਪਰ ਨਹੀਂ ਗਿਆ ਆ ਬੱਚਾ ਕੱਟਾ ਗਿਆ ਤੇ ਮਗਰ ਕੱਟਾ ਭਾਜੀ ਆ ਦੇਖੋ ਬੋਰਡ ਦੇ ਦੰਦ ਪੱਟ ਕੇ ਦੇਖ ਲਓ ਬਿਲਕੁਲ ਬੋਟਾਂ ਹੀ ਦੰਦ ਵੀ ਨਹੀਂ ਨਿਕਲੇ ਹੈ ਯਾਦ ਦੇਖ
ਠੀਕ ਹੈ ਬਿਲਕੁਲ ਤਾਜ਼ੇ ਬੱਚੇ ਆ ਭਾਈ ਬਿਲਕੁਲ ਇੱਕ ਦਿਨ ਤੋਂ ਲੈ ਕੇ 5-6 ਦਿਨ ਦੇ ਵਿੱਚ ਵਿੱਚ ਇਹਦਾ ਵੀ ਚਵਾ ਦਿਖਾ ਦਈਏ ਫਿਰ ਹਾਂਜੀ ਇਹਦਾ ਵੀ ਦਿਖਾ ਦਿੰਦੇ ਚਲੋ ਫਿਰ ਇਹਦਾ ਵੀ ਚਵਾ ਦਿਖਾ ਦਿੰਦੇ ਆ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਮੁੱਕੇ ਤੇ ਇਹਦੇ ਕੋਲ ਭਾਜੀ ਦੁੱਧ 10 ਤੋਂ ਬਾਹਰ ਆ ਤੇ 11 ਦੇ ਅੰਦਰ ਜਿਵੇਂ 11 ਤੋਂ ਪਾਈਆ ਕਰ ਦੇ 10-11 ਲੀਟਰ ਜਿਹੜਾ ਹੈਗਾ ਵਾ ਬਿਲਕੁਲ 10.5-11 ਇਹਨਾਂ ਬਿਲਕੁਲ ਪੱਕਾ ਦੁੱਧ ਹੈਗਾ ਠੀਕ ਹੈ ਹਾਂਜੀ ਹਾਂਜੀ ਛੋਟੀ ਦੁੱਧ ਇਹ ਵੀ ਭਾਜੀ 13-14 ਲੀਟਰ ਆਰਾਮ ਨਾਲ ਪਾ ਦੂੰਗੀ ਛੋਟੀ ਅੱਛਾ ਜਿੰਨੀ ਵਧੀਆ ਦੀ ਸਟਾਰਟਿੰਗ ਹੋਈ ਆ ਚਮੜੀ ਬਹੁਤ ਬਰੀਕ ਆ ਪਿਛਲੇ ਸਮੇਂ ਨਾ ਬੰਦੇ ਰਾਜਸਥਾਨ ਤੋਂ ਝੋਟੀ ਲੈ ਕੇ ਆਏ ਸੀ ਠੀਕ ਠੀਕ ਹੈ ਦੇਖੋ ਭਾਈ ਬਿਲਕੁਲ ਕਾਲੀ ਆ ਜੈੱਡ ਬਲੈਕ ਇੱਕ ਵਾਰ ਵੀ ਨਹੀਂ ਚੁੱਕਿਆ ਹੈ ਹਾਂਜੀ ਹਾਂਜੀ ਤੇ ਆ ਜਿਹੜਾ ਕੱਟਾ ਇਹਦੇ ਮਗਰ ਬਾਕੀ ਇਹਦਾ ਜਿਹੜਾ ਬੱਚਾ ਬੰਨਦਾ ਪਿੱਛੇ ਹਵਾਨਾ ਇਹਦਾ ਵੀ ਇੱਕ ਵਾਰੀ ਦੇਖ ਸਕਦੇ ਜੇ ਸਨ ਜਿਹੜਾ ਇਹਦੇ ਕੋਲ ਵੀ ਕਾਫੀ ਚੰਗਾ ਵਾ ਤੇ ਚੰਗੇ ਸੋਹਣੇ ਹਵਾਨੇ ਦੀ ਜਿਹੜੀ ਮਾਰ ਕੇ ਭਾਈ ਆਪਣੇ ਕੋਈ ਵੀ ਪਸ਼ੂ ਦੇ ਚਵਾਪ ਸਮਾਜ ਨਾ ਫਰਕ ਹੋਊਗਾ ਭਾਈ ਅੱਛਾ ਜੀ ਮੋਟੀ ਤੇ ਪੋਲੀ ਤਾਰ ਹੋਊਗੀ ਬਿਲਕੁਲ ਤੇ ਥਣ ਥਣ ਸਾਰੀਆਂ ਤੇ ਬਰਾਬਰ ਹੀ ਆ ਮੈਂ ਕਹਾਂ ਭਾਜੀ ਆਪਣੀ ਘਰ ਤੱਕ ਵੀ ਗਾਰੰਟੀ ਹੋਊਗੀ ਅਗਰ ਥਣ ਬਾਅਦ ਕੱਟ ਹੋਊਗਾ ਅੱਛਾ ਜੀ ਆ ਚਵਾ ਦੇਖੋ ਭਾਜੀ ਜਿਵੇਂ ਦੋ ਦੀ ਮੋਟਰ ਲੱਗੀ ਹੁੰਦੀ ਹੈ ਠੀਕ ਹੈ ਵੀਰ ਜੀ ਤੋਰੀਆਂ ਫਿਰ ਇੱਕ ਵਾਰੀ ਇਹਨਾਂ ਬਾਕੀ ਥਾਣੇ ਦੇ ਇੱਕ ਵਾਰੀ ਲੱਗ ਕੇ ਦੇਖ ਸਕਦੇ ਜੇ ਲੋਹੀ ਮੱਝ ਆ ਜਿਹੜੀ ਹੈ ਹਾਂ ਦੇਖ ਸਕਦੇ ਜੇ ਸਿੰਗ ਥੋੜ੍ਹਾ ਜਿਹਾ ਛੋਟੇ ਛੋਟੇ ਸਿੰਗ ਨੇ ਕੋਈ ਇਹ ਨਾ ਵੀਡੀਓ ਚਾਹੇ ਵੱਡੇ ਲੱਗਣ ਪਰ ਬਿਲਕੁਲ ਜੱਚਦੇ ਨੇ ਝੋਟੀ ਦੇ ਸਿੰਗ ਥੋੜ੍ਹਾ ਜਿਹਾ ਬਸ ਪਛਾਣ ਨੂੰ ਕਰਕੇ ਮੋੜਿਆ ਵਾ ਸਿੰਗ ਨੇ ਬਾਕੀ ਥੱਲਿਆਂ ਜਿਹੜੀ ਕਾਫੀ ਖੂਬਸੂਰਤ ਆ ਇਹ ਇਹਦਾ ਵੀ ਮੁੱਲ ਜਿਹੜਾ ਹੁਣ ਆਪਾਂ ਪੁੱਛ ਲੈਂਦੇ ਯਾਦ ਕਰੂਗਾ ਦੇਖੋ ਭਾਈ ਜੁਗਾੜ ਕਿੱਦਾਂ ਲੱਗਾ ਪਿਆ ਝੋਟੀ ਸੋਹਣੀ ਆ ਥੱਲੇ ਬਿਲਕੁਲ ਬਰੀਕ ਚਮੜੀ ਦੀ ਆ ਭਾਈ ਝੋਟੀ ਬਾਕੀ ਕੋਈ ਸਾਂਭ ਵਾਲੇ ਲੈ ਜਾਊਗਾ ਦੁੱਧ ਚੰਗਾ ਚਵਾਈ ਜਾਊਗਾ ਚੰਗਾ ਚਵਾਈ ਜਾਊਗਾ ਹਲੇ ਹੈ ਬਿਲਕੁਲ ਤਾਜ਼ਾ ਬੱਚਾ ਭਾਜੀ ਤੇ ਇਹਦਾ ਕੀ ਮੁੱਲ ਜੇ ਇਹਦਾ ਭਾਜੀ ਮੁੱਲ ਬਿਲਕੁਲ ਲੈਣ ਦੇ ਨਾਲ ਹੀ ਕਿੰਨਾ ਅੱਜ ਆਫਰ ਹੀ ਲਾਉਣੇ ਆ ਅੱਛਾ ਇਹ ਭਾਜੀ 76000 ਦੀ ਝੋਟੀ ਦੇ ਦਾਂਗੇ 76000 ਦੀ ਦੇ ਦੋਗੇ ਹਾਂਜੀ 76 ਤੇ ਫਿਰ ਆਫਰ ਵਾਲਾ ਰੇਟ ਨਹੀਂ ਆ ਮਾਨ ਕਰੋ ਫਿਰ ਮਾਨ 2000 ਰੁਪਿਆ ਕਰ ਦਾਂਗੇ ਭਾਜੀ ਹੋਰ ਦੱਸ ਅੱਛਾ 74000 ਦੀ ਦੇ ਦੋਗੇ ਹਾਂਜੀ ਹਾਂਜੀ ਠੀਕ ਹੈ ਉਹ ਚ ਵੀ ਆਏਗਾ ਵੀਰ ਭਰਾ ਦਾ ਮਾਨ ਤਾਂ ਕਰਾਂਗੇ ਛੋਟ ਛੱਪਾ ਕਰਾਂਗੇ ਠੀਕ ਹੈ ਜੀ ਬਾਕੀ ਭਾਜੀ ਉੱਪਰ ਆ ਕੇ ਪਸ਼ੂ ਨੂੰ ਦੇਖੋ ਸਾਹਮਣੋਂ ਵਧੀਆ ਹਾਂਜੀ 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 ਬਾਕੀ ਜੁਗਾੜ ਦਿਖਾ ਦਿਓ ਭਾਜੀ ਝੋਟੀ ਨੂੰ ਕਿੱਦਾਂ ਦਾ ਲੱਗਾ ਫਿਰ ਠੀਕ ਹੈ ਤੇ ਹੁਣ ਜਿਹੜੀ ਇੱਕ ਆ ਗੱਬਨ ਝੋਟੀ ਵਿਖਾਉਣੀ ਆ ਕਿੰਨਵਾਂ ਸੁਆ ਸੋਨਾ ਜੀ ਇਹ ਭਾਜੀ ਪਹਿਲੇ ਸੁਆ ਕੱਟੀ ਸੋਨੀ ਆ ਅੱਛਾ ਪਹਿਲਾ ਹੀ ਸੁਆ ਇਹਨੇ ਸੋਨਾ ਚੰਗਾ ਹਵਾਨਾ ਭਰਨ ਦੀ ਹੈ ਨਾ ਜੀ ਹਾਂਜੀ ਬਹੁਤ ਭਾਜੀ ਢਿੱਲਾ ਢੁੱਲਾ ਬਹੁਤ ਹੈ ਬਾਕੀ ਭਾਜੀ ਠੰਡੀ ਬਹੁਤ ਆ ਇਹ ਕੈਮਰੇ ਭਾਵੇਂ ਡਰ ਜਵੇਂ ਸੋਰੀ ਨਹੀਂ ਤਾਂ ਕੱਟੀ ਤੇ ਭਾਵੇਂ ਭਾਜੀ ਥੱਲੇ ਵੜੇ ਫਿਰ ਚਲੋ ਖੋਲੋ ਹਾਂ ਫਿਰ ਦੋਰੀ ਇੱਕ ਰਿੰਨ ਨੂੰ ਬਾਕੀ ਥੱਲਿਓਂ ਜਿਹੜੀ ਚੰਗੀ ਤਿਆਰ ਹੁੰਦੀ ਆ ਦੇਖ ਸਕਦੇ ਜੀ ਆ ਦੇਖ ਸਕਦੇ ਜੀ ਧੋਰ ਦੇ ਵਿੱਦਿਆ ਵੀ ਝੋਟੀ ਇੱਕ ਵਾਰੀ ਹੁਣ ਜਿਹੜਾ ਬੋਡੀ ਵੇਟ ਜਿਹੜਾ ਇਹਦਾ ਵੀ ਚੰਗਾ ਹੀ ਆ ਥੋੜ੍ਹਾ ਪਸ਼ੂ ਅੱਜ ਡਰਦੇ ਜੇ ਆ ਸਾਰੇ ਕਈ ਵਾਰੀ ਪਸ਼ੂ ਨੂੰ ਜਿਹੜਾ ਵਾ ਡਾਕਟਰ ਦਾ ਭੁਲੇਖਾ ਵੀ ਪੈ ਜਾਂਦਾ ਵਾ ਠੀਕ ਹੈ ਵੀਰ ਜੀ ਲੈ ਜਾ ਜੀ ਕਾਫੀ ਸੋਹਣੀ ਝੋਟੀ ਤਿਆਰ ਹੁੰਦੀ ਆ ਥੱਲੇ ਥਾਂਕੂ ਭਾਜੀ ਬਹੁਤ ਵਧੀਆ ਪਹਿਲੇ ਸੂਬੇ ਹੀ ਉਮੀਦ ਆ ਚੰਗਾ ਦੁੱਧ ਜਿਹੜਾ ਤਿਆਰ ਕਰੋਗੇ ਹੈ ਵੀ ਛਿੱਗੀ ਆ ਦੇ ਮੂੰਹ ਠੀਕ ਆ ਜੀ ਕਿੰਨਾ ਕੁ ਦੁੱਧ ਵਿੱਚ ਚਵਾਜੂ ਪਹਿਲੇ ਸੂਬੇ ਦੁੱਧ ਤਾਂ ਭਾਜੀ ਵਾ ਭਰੇ ਖੰਡੜਾ ਐਵੇਂ ਝੂਟ ਮਾਰਨ ਨੂੰ ਜੋ ਮਰਜ਼ੀ ਕਰੀਏ ਪਰ ਜਦਾ ਥਾਣਾ ਹੋਣਾ 10 ਕਿ ਕਿਲੋ ਕੱਢੂਗੀ ਕੱਟੀ ਆਰਾਮ ਨਾਲ ਦੁੱਧ ਠੀਕ ਆ ਹਾਂਜੀ ਹਾਂਜੀ ਤੇ ਇਹਦਾ ਕੀ ਮੁੱਲ ਜੇ ਇਹਦਾ ਭਾਜੀ ਬਿਲਕੁਲ ਹੀ ਜਾਇਜ਼ ਕਰ ਦੇਣਾ ਕਿੰਨਾ ਜੇ ਤਾਂ ਭਾਜੀ ਸੂ ਸਵਾ ਕੇ ਵਿੱਚ ਕੇ ਫਿਰ ਤੇ ਕੱਟੀ ਆਹੀ 75000 ਦੀ ਹਾਂਜੀ ਹਾਂਜੀ ਹੁਣ ਆਪਾਂ 10000 ਹੀ ਲੈਸ ਕਰ ਦੇਣਾ ਅੱਛਾ 65 ਦੀ 65000 ਦੀ ਉਹ 2000 ਹੋਰ ਅੱਛਾ 63000 ਦੀ 63000 ਦੀ ਪਹਿਲੇ ਸੂਬੇ ਝੋਟੀ ਪਹਿਲੇ ਸੂਬੇ ਝੋਟੀ ਹਾਂਜੀ ਭਾਜੀ ਪਰ ਇਹ ਭਾਜੀ ਅੱਜ ਦਾ ਫਿਲਹਾਲ ਮੁੱਲ ਆ ਅੱਛਾ ਜੇ ਸੂਬ ਸਾਹ ਪਈ ਤੇ ਫਿਰ ਭਾਈ ਖਰਚਾ ਤੁਹਾਨੂੰ ਪਤਾ ਉੱਪਰ ਪੈ ਜਾਣਾ ਹਾਂਜੀ 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 ਇਹ ਤਾਂ ਭਾਜੀ ਕੋਈ ਵੇਚਣ ਵਾਲਾ ਵੀਰ ਵੀ ਜਾਗੇ ਕਿ ਪਰਖ ਬੰਦੇ ਨੂੰ ਪਤਾ ਕਿੰਨੇ ਦੀ ਝੋਟੀ ਚੰਗੀ ਸਾਹ ਤੇ ਉਤਰਾ ਕਿੰਨਾ ਕੁ ਦੁੱਧ ਲਾ ਦਿਖਾਓ ਦੇਖੋ ਭਾਜੀ ਕਿੰਨੀ ਝੋਟੀ ਬੰਨੀ ਆ ਹਲੇ
ਠੀਕ ਹੈ ਜੀ। ਉਹ ਤੇਰਾ ਚੰਗੀ ਸਾਂਭ ਤੇ ਕਿੰਨਾ ਕੁ ਦੁੱਧ ਚਵਾ ਸਕਦੀ ਹੈ? ਦੁੱਧ ਤਾਂ ਭਾਜੀ ਜਿੰਨੀ ਉਹ ਥਾਣਾ ਹਵਾਨਾ ਖੁੱਲ੍ਹ ਹੁੰਦੀ ਹੈ ਕੱਟੀ 10 ਕਿਲੋ ਦੇ ਆਰਾਮ ਨਾਲ ਚਵਾਉਗੀ। ਠੀਕ ਹੈ, ਵੱਧ ਸੇਵਾ ਕਰ ਲੂ ਤਾਂ ਵੱਧ ਚੋਲੂਗਾ ਭਾਜੀ। ਠੀਕ ਹੈ ਜੀ, ਹਾਂਜੀ ਹਾਂਜੀ ਠੀਕ ਹੈ ਵੀਰ ਜੀ। ਹੋਰ ਕੁਝ ਕਹਿਣਾ ਫਿਰ? ਬਸ ਵੀਰ ਜੀ ਬਹੁਤ ਧੰਨਵਾਦ ਤੁਸੀਂ ਸਾਡੇ ਕੋਲ ਆਏ ਹੋ ਤੇ ਇੱਕੋ ਹੀ ਬੇਨਤੀ ਹੈ ਸਾਰੇ ਵੀਰਾਂ ਦੀ ਤਸੱਲੀ ਕਰਕੇ ਲੈ ਤਸੱਲੀ ਕਰਕੇ ਖੜਨਾ ਨਾ। ਹੁਣ ਬਾਕੀ ਜੇ ਤਰ੍ਹਾਂ ਅਸੀਂ ਵੀ ਚਲੋ ਬਾਰ ਬਾਰ ਕਿੰਨੇ ਆ ਤੁਸੀਂ ਵੀ ਕਹਿੰਦੇ ਜੇ ਹੁਣ ਜਿੰਨੇ ਖੜਨੇ ਆ ਉਹਦੇ ਵੀ ਜ਼ਿੰਮੇਵਾਰੀ ਫਿਰ ਬਣਦੀ ਹੈ ਆਪਣੀ ਤਸੱਲੀ ਕਰਕੇ। ਬਿਲਕੁਲ ਭਾਜੀ ਤਸੱਲੀ ਉਹ ਬਿਲਕੁਲ ਤਾਜ਼ੇ ਪਸ਼ੂ ਸੂਏ ਆ। ਹਾਂਜੀ ਹਾਂਜੀ ਬਾਅਦ ਦੇ ਵਿੱਚ ਚੈੱਕ ਕਰਕੇ ਲੈ ਕੇ ਜਾਣ, ਦੋ ਟਾਈਮ ਤਿੰਨ ਟਾਈਮ ਤਸੱਲੀ ਕਰਕੇ ਲੈ ਕੇ ਜਾਣ, ਆਪਾਂ ਨੂੰ ਕੋਈ ਚੱਕਰ ਨਹੀਂ, ਸਾਈ ਪਾ ਦੇਣ ਭਾਵੇਂ 10 ਟਾਈਮ ਚੋਈ ਜਾਣ ਪਸ਼ੂ। ਠੀਕ ਹੈ ਜੀ, ਹਾਂਜੀ ਹਾਂਜੀ ਠੀਕ ਹੈ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਪਸ਼ੂ ਜਿਹੜੇ ਵੀਰ ਜੀ ਉਹਨੇ ਟੋਟਲ 4 ਵਕਾਊ ਕੀਤੇ ਆ ਤੇ ਬਾਕੀ ਜਿਹੜੀਆਂ ਵਾ ਚਾਰੇ ਜਿਹੜੀਆਂ ਸੱਜਣਾ ਇੱਕੋ ਗੱਬਣੇ ਆ ਤੇ 3 ਸੂਈਆਂ ਵਾ। ਇੱਥੇ ਆ ਕੇ ਤਸੱਲੀ ਕਰਕੇ ਖੜੋ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।